ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਬਾਬਾ ਸੇਵਾ ਸਿੰਘ ਜੀ ਨੇ ਸਾਨੂੰ ਦੱਸਿਆ ਹੈ ਕਿ ਜਿਹੜੇ ਜਿਹੜੇ ਕੰਮ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਉਸ ਦਾ ਮੁੱਖ ਉਦੇਸ਼ ਇਹ ਹੀ ਹੈਗਾ ਕਿ ਪੰਜਾਬ ਵਿੱਚ ਵਾਤਾਵਰਣ ਜਿਹੜਾ ਹੈਗਾ ਉਹ ਸਾਫ਼ ਰਹੇ ਅਤੇ ਉਸ ਦੇ ਵਿੱਚ ਲੋਕਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਜਦੋਂ ਕੋਈ ਨੇਕ ਇਰਾਦੇ ਨਾਲ ਕੋਈ ਕੰਮ ਕੀਤਾ ਜਾਏ ਤਾਂ ਲੋਕ ਨਾਲ ਜੁੜੇ ਜਾਂਦੇ ਨੇ ਨਾਲ ਹੀ ਬ੍ਰੇਕ ਤੋਂ ਪਹਿਲਾਂ ਬਾਬਾ ਜੀ ਸਾਨੂੰ ਦੱਸ ਰਹੇ ਸਨ ਨਿਸ਼ਾਨ ਸਿੱਖੀ ਬਾਰੇ ਆ ਉਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ ਜੀ ਬਾਬਾ ਜੀ ਹਾਂ ਜੀ ਇਹ ਨਿਸ਼ਾਨ ਸਿੱਖੀ ਜਿਹੜੀ ਉਹਦੇ ਬਾਹਰ ਤੋਂ 80000 ਸਕਰ ਫੁੱਟ ਸਾਰਾ ਕਵਰ ਏਰੀਆ 8 ਵਜਲਾਂ ਵਿੱਚ ਹਾਂ ਜੀ ਜੇ ਇਹ ਗਰਾਉਂਡ ਫਲੋਰ ਉੱਤੇ ਪ੍ਰਬੰਧਕੀ ਬਲਾਗ ਰਿਸੈਪਸ਼ਨ ਕਾਨਫਰੰਸ ਰੂਮ ਵਗੈਰਾ ਸਾਰੇ ਜੀ ਔਰ ਇੱਕ ਪਹਿਲੀ ਮੰਜ਼ਿਲ ਦੇ ਉੱਤੇ ਧਾਰਮਿਕ ਜਿਹੜੀ ਵਿਦਿਆਰਥੀ ਜਾਂਦੀ ਨੇ 5 ਸਾਲ ਦਾ ਕੋਰਸ ਆ ਪਲੱਸ 2 ਤੋਂ ਬਾਅਦ ਬੱਚੇ ਭਾਵੇਂ ਪੰਜਾਬ ਤੋਂ ਹੋਵੇ ਭਾਵੇਂ ਪੰਜਾਬ ਤੋਂ ਬਾਹਰ ਹੋਵੇ ਭਾਵੇਂ ਕੰਟਰੀ ਤੋਂ ਬਾਹਰ ਦਾ ਬੱਚਾ ਹੋਵੇ ਜੀ ਉਹ ਪਲੱਸ 2 ਤੋਂ ਬਾਅਦ ਟੈਸਟ ਦੇ ਕੇ ਇੰਟਰਵਿਊ ਦੇ ਕੇ ਜਿਹੜਾ ਸਿਲੈਕਟ ਹੁੰਦਾ ਉੱਥੇ ਮੈਟ ਬੇਸਡ ਦੀ ਉਹ ਕਿਹਦੀ ਸ਼ਿਫਾਰਸ਼ੀ ਮੰਨੀ ਜਾਂਦੀ ਜੀ ਜਿਹੜਾ ਬੱਚਾ ਪਾਸ ਹੋ ਵੀ ਬੱਚੇ ਲੈਨੇ ਹਰ ਸਾਲ ਜੀ ਅੱਛਾ ਜੀ ਉਹ ਫਿਰ 5 ਸਾਲ ਉੱਥੇ ਉਹਦਾ ਰਹਿਸ਼ ਦਾ ਹੌਸਟਲ ਦਾ ਐਮੇ ਗੁਰਮ طرف ਰਹੀ ਉਹ ਬੱਚੇ ਦਾ ਉਹ ਫਿਰ ਨਾਲ ਕਥਾਵਾਚਕ ਵਿਦਵਾਨ ਸਿਕਸ ਕੋਲ ਬਣ ਕੇ ਉਹ ਫਿਰ ਕੌਮ ਦੀ ਬਾਹਰ ਸੇਵਾ ਕਰਨਗੇ ਇੱਕ ਮੰਜ਼ਲਵਨਾਂ ਵਾਸਤੇ ਜੀ ਤੇ ਇੱਕ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਬੱਚੇ ਜਿਹੜੇ ਪਲੱਸ 1 ਪਲੱਸ 2 ਦੇ ਨਾਲ ਆਪਣੀ ਕੋਚਿੰਗ ਲੈਦੇ ਨਾਲ ਪੜ੍ਹਾਈ ਵੀ ਇਸ ਜਾਰੇ ਰੱਖਦੇ ਨੇ ਉਹਨਾਂ ਦਾ ਮੰਜ਼ਲ ਵਾਸਤੇ ਕਿ ਜਿਹੜਾ ਚੰਗੀ ਫੈਕਲਟੀ ਪੰਜਾਬ ਚ ਬਹੁਤ ਘੱਟ ਮਿਲਦੀ ਆ ਔਰ ਕਿ ਸਾਨੂੰ ਕੁਦਰਤੀ ਕੋਟੇ ਤੋਂ ਫੈਕਲਟੀ ਮਿਲ ਗਈ ਫਿਜ਼ਿਕਸ ਕਮਿਟਰੀ ਬਾਇਓਲੋਜੀ ਤੇ ਮੈਥ ਸਾਰੇ ਟੀਚਰ ਜੀ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਪਿਛਲੇ ਸਾਲ ਬਹੁਤ ਵਧੀਆ ਮੈਡੀਕਲ ਦਾ ਉਹਨਾਂ ਦਾ ਰਿਜ਼ਲਟ ਸਾਡੇ ਸਾਹਮਣੇ ਦਿੱਤਾ ਹੈ ਹਾਲਕੇ ਪਾਰਟ ਟਾਈਮ ਨਾ ਕੰਮ ਕੀਤਾ ਸੀ ਐਸਾ ਰੈਗੂਲਰ ਉਹਨਾਂ ਨੇ ਕੰਮ ਕਰ ਰਿਹਾ ਸਨ ਆਉਣ ਵਾਲੇ ਸਮੇਂ 'ਚ ਬਹੁਤ ਉਮੀਦ ਹੈ ਕਿ ਆਈਆਈਟੀ ਤੇ ਐਮਬੀਬੀਐਸ ਵਿੱਚ ਬੱਚੇ ਸਾਡੇ ਬਹੁਤ ਆਉਣ ਵਾਲੇ ਸਮੇਂ 'ਚ ਆ ਕੇ ਆਉਣਗੇ ਕਿਉਂਕਿ ਪਿਛਲੇ ਰਿਜ਼ਲਟ ਤੋਂ ਸਾਨੂੰ ਇਹ ਅਨੁਭਵ ਹੁੰਦਾ ਵੀ ਜਦੋਂ ਉਹਨਾਂ ਦੀ ਮਿਹਨਤ ਸਦਕੇ ਬਹੁਤ ਵਧੀਆ ਇੱਕ ਮੰਜਲ ਉਹਨਾਂ ਵਾਸਤੇ ਹੈ ਜੀ ਇਕ ਜਿਹੜੇ ਬੀਐਸਐਫ ਪੰਜਾਬ ਪੁਲ ਚੰਡੀਗੜ੍ਹ ਦਿੱਲੀ ਪੁਲਿਸ ਵਿੱਚ ਲੜਕੀਆਂ ਭਰਤੀ ਹੁੰਦੀ ਹੈ ਉਹਨਾਂ ਵਿੱਚ ਟ੍ਰੇਨਿੰਗ ਉੱਥੇ ਦਿੱਤੀ ਜਾਂਦੀ ਆ ਔਰ ਫਿਜ਼ੀਕਲੀ ਵੀ ਤੇ ਟੈਸਟ ਦੀ ਤਿਆਰੀ ਵੀ ਤੇ ਇੰਟਰਵਿਊ ਤਿਆਰੀ ਵੀ ਹੁਣ ਤੱਕ ਗੁਰੂ ਦੀ ਕਿਰਪਾ ਦੇ ਨਾਲ 250 ਲੜਕੀਆਂ ਜਿਹੜੀਆਂ ਉਹਨਾਂ ਨੂੰ ਜੋਬ ਮਿਲ ਚੁੱਕੀ ਆ ਸਰਵਿਸ ਮਿਲ ਚੁੱਕੀ ਆ ਦਿੱਲੀ ਪੰਜਾਬ ਚੰਡੀਗੜ੍ਹ ਪੁਲਿਸ ਵਿੱਚ ਔਰ ਬੀਐਸਐਫ ਵਿੱਚ ਉਹ ਵੀ 3 ਮਹੀਨੇ ਦਾ ਕੈਂਪ ਲਾ ਕੇ ਉਹਨੂੰ ਟ੍ਰੇਨ ਕੀਤਾ ਉਹ ਵੀ ਸਾਰਾ ਬੱਚਾ ਫ੍ਰੀ ਹੈ ਉਹਨਾਂ ਦਾ ਲੰਗਰ ਪਾਣੀ ਫ੍ਰੀ ਬਾਕੀ ਸਾਰਾ ਉਹਨਾਂ ਦਾ ਫੀਸ ਕੋਈ ਨਹੀਂ ਲੈਂਦੀ ਜੀ ਸੋਇਕ ਹਾਕੀ ਦਾ ਸੈਕੈਡ ਹੀ ਬਣਾਈਓ ਜੀ ਹਾਕੀ ਦੀ 14 ਸਾਲ ਦੇ 15 ਸਾਲ ਦੇ 17 ਸਾਲ ਦੇ ਬੱਚੇ ਤਿੰਨ ਟੀਮਾਂ ਉਹ ਵੀ ਸਾਰੇ ਆਲੋ ਪੰਜਾਬ ਚ ਟ੍ਰਾਇਲ ਬੇਸ ਤੇ ਲੈ ਜਾਂਦੇ ਆ ਜੀ ਉਹਨਾਂ ਦਾ ਕੁਝ ਸਮਾਂ ਪਹਿਲਾਂ ਦਾਰੂ ਹਾਕੀ ਟੂਰਨਾਮੈਂਟ ਕੱਪ ਦਿੱਲੀ ਚ ਹੁੰਦਾ ਉਹ ਚ ਸੈਕੰਡ ਆਪਣੀ ਟੀਮ ਆਈ ਸੀ ਜੀ ਔਰ ਪਿਛਲੇ ਸਾਲਾਂ ਲੰਘਿਆ ਬੀਤੇ ਸਾਲ ਉਹ ਚ ਪਹਿਲਾਂ ਡਿਸਟ੍ਰਿਕਟ ਆਪਣੀ ਫਰਸਟ ਟਾਈਮ ਟੀਮ ਫਿਰ ਡਿਸਟ੍ਰਿਕਟ ਵਾਲਿਆਂ ਨੇ ਆਪਣੀ ਟੀਮ ਡਾਬਟ ਕਰਕੇ ਜ਼ਿਲ੍ਹੇ ਵੱਲੋਂ ਸਾਰੇ ਪੰਜਾਬ ਖਿਲਾਏ ਤੇ ਸਾਰੇ ਪੰਜਾਬ ਚੋਂ ਆਪਣੀ ਜੂਨੀਅਰ ਟੀਮ ਪਹਿਲੇ ਪੋਜੀਸ਼ਨ 'ਚ ਆਈ ਠੀਕ ਫਿਰ ਉਹਦੇ ਜੋ ਛੇ ਬੱਚੇ ਆਪਣੇ ਸਟੇਟ ਵਿੱਚ ਸਿਲੈਕਟ ਹੋਏ ਜੀ ਤੇ ਸਟੇਟੋਂ ਉਲਟ ਕੇ ਦਿੱਲੀ ਉੱਤੇ ਬੰਬੇ ਗਏ ਸਾਰੇ ਆਲ ਇੰਡੀਆ ਦੇ ਉੱਥੇ ਮੈਚ ਹੋਏ ਉਹਦੇ ਚੋਂ ਪਹਿਲਾ ਪੋਜੀਸ਼ਨ ਪੰਜਾਬ ਨੇ ਹਾਸਲ ਕੀਤਾ ਬਹੁਤ ਖੂਬ ਜੀ ਸੋ ਆਸ ਕਰਨੇ ਕਿ ਜਿਸ ਤਰੀਕੇ ਦੀ ਟ੍ਰੇਨਿੰਗ ਦੇ ਰਹੇ ਕਿ ਆਨਲਾਈਨ ਸਮੇਂ ਚ 올림픽ਸ ਵਿੱਚ ਵੀ ਇਹੀ ਬੱਚੇ ਜਾ ਕੇ ਕਾਮਯਾਬ ਹੋਣਗੇ ਬਹੁਤ ਕਿਰਪਾ ਕਰੇ ਉੱਥੇ ਹਸਟੋਟ्राफी ਛੋਟੀ 6 ਸਾਈਡ ਲਾ ਚੁੱਕੇ ਆਂ ਅੱਛਾ ਜੀ ਉਹਦੇ ਟ ਹਾਂਜੀ ਸੋ ਬਾਕੀ ਜਿਹੜੀਆਂ ਮੰਜ਼ਲਾਂ ਹੈਗੀਆਂ ਨੇ ਉਹਦੇ ਵਿੱਚ ਆਈਐਸਟੀ ਟ੍ਰੇਨਿੰਗ ਵੇਰਾ ਵੀ ਤੁਸੀਂ ਕਰਦੇ ਹੋ ਹਾਂਜੀ ਉਹ ਡਾਕਟਰ ਸਾਹਿਬ ਉਹਨਾਂ ਦਾ ਸਰ ਅਸਦਰ ਹਰਦੇਵ ਸਿੰਘ ਹੁਣੀ ਆਪਣੇ ਸਟਾਫ ਫੂਲ ਕਾਸ ਉਹਨਾਂ ਸਰ ਵਿਚਾਰ ਚਾਲੀ ਉਹ ਡਾਕਟਰ ਸਾਹਿਬ ਨੂੰ ਜਾਣਗੇ ਉੱਥੇ ਬਹਿ ਕੇ ਵਿਚਾਰ ਕਰਾਂਗੇ ਆ ਪਹਿਲਾਂ ਸਕਾਲਰਸ਼ਿਪ ਦਿੱਤੀ ਆਈਐਸਏ ਦੇ ਬੱਚੇ ਆਲਰੇਡੀ ਕਰ ਰਹੇ ਪਰ ਉਹ ਐਨਡੀਏ ਤਾਂ ਤੇ ਆਈਐਸ ਦਾ ਉਹ ਇਹ ਕੋ ਚੰਗੇ ਉਹਨੇ ਤਜਰਬੇਕਾਰ ਸਾਨੂੰ ਟੀਚਰ ਮਿਲ ਜੇ ਅਡਮਿਨਿਸਟਰੇਟਰ ਅਡਮਿਸ਼ਨ ਚੰਗੇ ਮਿਲ ਜAVE ਤਾਂ ਕਿ ਉਹਨੂੰ ਸੁਰਕੀਤਾ ਜਾਵੇ ਤੇ ਉਹ ਇੱਕ ਲਾਇਬ੍ਰੇਰੀ ਵਾਸਤੇ ਰਾਖਿਬ ਰੱਖੀ ਹੈ ਮੰਨਜਲ ਜੀ ਇੱਕ ਆਈਐਸ ਆਈਪੀਐਸ ਤੇ ਐਨਡੀਏ ਵਾਸਤੇ ਰੱਖੀ ਹੈ ਤਾਂ ਕਿ ਆਉਣ ਵਾਲੇ ਸਮੇਂ ਚ ਜਦੋਂ ਵੀ ਗੁਰੂ ਦੀ ਕਿਰਪਾ ਹੋਏ ਜਦੋਂ ਗੁਰਮਤਾ ਹੋਇਆ ਇਹ ਬਿਲਕੁਲ ਜਲਦੀ ਕਰਨ ਜਾ ਰਹੇ ਹਾਂ ਵਾਦਕਪ ਜੀ ਸੋ ਇਹ ਜਿਹੜੀ ਸੋਚ ਆਈ ਬਾਬਲ ਜੀ ਤੁਸੀਂ ਇੱਕ ਨਿਸ਼ਾਨੇ ਸਿੱਖੀ ਜਿਹੜੀ ਕਾਇਮ ਕੀਤੀ ਇਸ ਵਿੱਚ ਕੀ ਮਕਸਦ ਕੀ ਸੀ ਇਹ ਸਾਰਾ ਕੁਝ ਕਰਨ ਦਾ ਕਿਉਂਕਿ ਬਹੁਤ ਸਾਰੀਆਂ ਇੰਸਟੀਟਿਊਟਸ ਆਲਰੇਡੀ ਚੱਲ ਰਹੀ ਨੇ ਪੰਜਾਬ ਵਿੱਚ ਪਰ ਇਹ ਇੱਕ ਵਿਲੱਖਣ ਜਿਹੜੀ ਚੀਜ਼ ਤੁਸੀਂ ਕਾਇਮ ਕੀਤੀ ਇਹਦਾ ਕੀ ਪਿੱਛੇ ਉਦੇਸ਼ ਸੀ ਤੁਹਾਡਾ ਇਹਦਾ ਜਿਹੜਾ ਸ਼ਤਾਬ ਦੇ ਮਨਾਇਨਾ ਗੁਰੂ ਅੰਗਦ ਦੇਵ ਜੀ ਦੇ ਉਹਨੇ ਪੰਜ ਪ੍ਰੋਜੈਕਟ ਸੀ ਇਹ ਡਾਕਟਰ ਸਾਹਿਬ ਵੀ ਉੱਥੇ مشورہ ਵਿਚਾਰ ਕੀਤਾ ਹੋਰ ਗੁਰਮੁਖ ਪਿਆਰੇ ਕਹੇਗੇ ਵੀ ਇੱਕ ਐਸੇ ਵਧੀਆ ਤਰੀਕੇ ਨਾਲ ਕੋਈ ਲੋਕਾਈ ਦੇ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਸੰਜੀਵਾਲ ਦੇ ਵਾਸਤੇ ਹੋਏ ਇੱਕ ਨਿਸ਼ਾਨੇ ਸਿੱਖੀ ਦਾ ਪ੍ਰੋਜੈਕਟ ਜਿਹੜਾ ਡਾਕਟਰ ਸੋਨ ਦਾ ਮਲਟੀਮੀਡੀਆ ਟਾਸਕ ਫੋਰਸ ਵਿੱਚ ਜੁੜਨ ਉਹ ਸੀ ਇੱਕ ਵਾਤਾਵਰਣ ਦਾ ਸੀ ਇੱਕ 메ਨ ਬਾਜ਼ਾਰ ਖੁੱਲੇ ਕਰਕੇ ਦਰਬਾਰ ਨੂੰ ਰਸਤੇ ਜਾਣ ਵਾਤੇ ਸੀ ਇਹ ਛੋਟੇ ਛੋਟੇ ਪ੍ਰਜਾਣ ਛੁੜ ਕੀਤੇ ਸੀ ਤਾਂ ਕਿ ਸਦਾ ਕਰਤਾ ਸਿੰਘ ਠਕਰਾ ਸਿੰਘਾਂ ਪਰ ਨਿਵਾਸੀ ਦਾ ਬਹੁਤ ਵੱਡਾ ਬਿਲਡਿੰਗ ਬ੍ਰਾਂਚ ਵਿੱਚ ਬਹੁਤ ਵੱਡਾ ਸਹਿਯੋਗ ਉਹਨਾਂ ਦਾ ਬਹੁਤ ਭਾਰੀ ਉਹਨਾਂ ਦਾ ਵਿਸ਼ੇਸ਼ ਸਹਿਯੋਗ ਸੀਗਾ ਤੇ ਇਹ ਸਾਰਾ ਗੁਰਮਤਾ ਕਰਕੇ ਵਿਚਾਰ ਕਰਕੇ ਸਾਡੀ ਔਰ ਇਹ ਪਨੀਰੀ ਜਿਹੜੀ ਹੈ ਚੰਗੀ ਪਨੀਰੀ ਚੰਗੀ ਵਿਦਿਆ ਹੋਵੇਗੀ ਔਰ ਜੇ ਧਰਮ ਦੇ ਨਾਲ ਵਿਦਿਆ ਧਰਮ ਜੁੜ ਜੇਗਾ ਧਰਮ ਦੀ ਵਿਦਿਆ ਨਾਲ ਉਹ ਤੁ ਬੈਲੈਂਸ ਪ੍ਰਾਪਤ ਰਹੇਗਾ ਤਾਂ ਕਿ ਉਹ ਆਪਣੀ ਸਾਂਝੀ ਵਾਲਤਾ ਦਾ ਔਰ ਵਧੀਆ ਆਪਣੇ ਸੁੱਖ ਆਰਾਮ ਦੇ ਨਾਲ ਖੁਸ਼ੀਆਂ ਖੇੜੇ ਵਿੱਚ ਆਪਣਾ ਦਸਵੰਦ ਵੀ ਕਰਨਗੇ ਦਾ ਆਪਣਾ ਧਰਮ ਦੀ ਕੀਰਤ ਕਰਕੇ ਤੇ ਵਧੀਆ ਦੇਸ਼ ਨੂੰ ਕੌਮ ਨੂੰ ਸੰਸਾਰ ਨੂੰ ਸ਼ਾਂਤੀ ਦਾ ਮਾਹੌਲ ਦੇ ਸਕਣਗੇ ਬਹੁਤ ਖੂਬ ਜੀ ਜਿਸ ਤਰ੍ਹਾਂ ਇਹ ਗੱਲ ਤੁਸੀਂ ਕੀਤੀ ਕਿ ਮਕਸਦ ਹੈ ਹੀ ਇਹ ਕਿ ਚੰਗੇ ਇਨਸਾਨ ਬਣਾਏ ਜਾਣ ਅਤੇ ਇਸ ਦੇ ਨਾਲ ਗੁਰਮਤ ਨਾਲ ਜੋੜ ਕੇ ਬੱਚੇ ਜਿਹੜੀ ਵੀ ਫੀਲਡ ਵਿੱਚ ਜਾਣ ਉਹ ਟਾਪ ਲੈਵਲ ਤੇ ਪਹੁੰਚਣ ਤਾਂ ਕਿ ਉਹ ਚੰਗੇ ਕੰਮ ਕਰ ਸਕਣ ਤੇ ਕੁਝ ਸੇਵਾ ਕਰ ਸਕਣ ਹੁਣ ਇਹਦੇ ਰਿਜ਼ਲਟਸ ਜਿਹੜੇ ਹਨ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਹੈਗਾ ਜਿਹੜੀ ਥਾਵਾਂ ਦੇ ਉੱਤੇ ਇਹੋ ਜੀ ਸੋਚ ਪ੍ਰਚਲਿਤ ਨਹੀਂ ਤੇ ਤੁਹਾਡੇ ਇਸ ਪਾਸੇ ਖਡੂਰ ਸਾਹਿਬ ਵਾਲੇ ਜਿਹੜੀ ਇਹ ਸੋਚ ਨੂੰ ਤੁਸੀਂ ਪ੍ਰਚਲਿਤ ਕਰ ਰਹੇ ਹੋ ਇਹਦੇ ਰਿਜ਼ਲਟਸ ਕੀ ਇੰਡੀਕੇਟ ਕਰ ਰਹੇ ਨੇ ਕਿ ਜਿਹੜੀ ਅਸੀਂ ਗੱਲਾਂ ਕਰਨੇ ਇਹ ਥਿਓਰੈਟिकल ਤੌਰ ਤੇ ਹੀ ਅਸੀਂ ਕੰਮ ਹੋ ਰਿਹਾ ਜਾਂ ਪ੍ਰੈਕਟੀਕਲ ਤੌਰ ਤੇ ਵੀ ਕੁਝ ਫਰਕ ਆ ਰਿਹਾ ਹੈਗਾ ਪ੍ਰੈਕਟੀਕਲ ਤੋਂ ਤੇ ਸਾਨੂੰ ਤਾਂ ਹਰ ਸਾਲ ਚੰਗੀ ਵਧੀਆ ਨਤੀਜੇ ਮੈਡੀਕਲ ਨਾਰਮਲ ਪਿਛਲੇ 2-3 ਸਾਲ ਤੋਂ ਸ਼ੁਰੂ ਕੀਤੇ ਪਿਛਲੇ ਸਾਲ ਬਹੁਤ ਵਧੀਆ ਐਰਿਕਸਨ ਹੋਰ ਉਮੀਦ ਚੰਗੀ ਹੈਗੀ ਆ ਇਸ ਤਰ੍ਹਾਂ ਵਿਦਿਆਦ ਦੇ ਵੀ ਹੁਣ ਬੱਚੇ ਪੜ ਰਹੇ ਨੇ ਸਾਨੂੰ ਮਤਲਬ ਸਕੂਲ ਦੇ ਵਿੱਚੋਂ ਬਹੁਤ ਵਧੀਆ ਵਧੀਆ ਮਤਲਬ ਵਾਕੀ ਕਰਨਾ ਵਾਹਿਗੁਰੂ ਜਿਸ ਦਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ RAM ਆਪਾਂ ਉਦੋਂ ਮੈਂ ਆਇਆ ਕਿਸੇ ਦਾ ਹੀਲਾ ਵਿਸ਼ੀਲਾ ਜੀ ਬਾਕੀ ਸਾਨੂੰ ਵਿਸ਼ਵਾਸ ਗੁਰੂ ਸਾਹਿਬ ਤੇ ਗੁਰੂ ਸਾਹਿਬ ਨੇ ਜੋ ਵੀ ਕਾਰਜ ਸ਼ੁਰੂ ਕੀਤੇ ਨੇ ਉਹਦਾ ਕਾਰਜਗੁਰੂ ਨੇ ਆਪ ਹੱਥ ਦੇ ਕੇ ਸਾਰਾ ਕਰਨਾ ਹੈ। ਰਾਈਟ ਮਲਟੀਮੀਡੀਆ ਮਿਊਜ਼ੀਅਮ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਵੀ ਦੁਨੀਆ ਦੇ ਵਿੱਚ ਪਹਿਲਾ ਮਲਟੀਮੀਡੀਆ ਮਿਊਜ਼ੀਅਮ ਉੱਥੇ ਕਾਇਮ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਵੀ ਤੁਸੀਂ ਸਹਿਯੋਗ ਦਿੱਤਾ ਤੇ ਉਸ ਨਾਲ ਸੰਗਤਾਂ ਨੇ ਰਲ ਕੇ ਡਾਕਟਰ ਰਕबीर ਸਿੰਘ ਵੈਂਸ ਨੇ ਪਹਿਲਾ ਰੋਬੋਟ ਜਿਹੜਾ ਸੀ ਉੱਥੇ ਲਾਇਆ ਤੇ ਇਹ ਉਹ ਵੀ ਹੁਣ ਉਸ ਨਿਸ਼ਾਨੇ ਸਿੱਖੀ ਦੇ ਵਿੱਚ ਹੀ ਕਨਵਰਟ ਕਰ ਦਿੱਤਾ ਗਿਆ। ਨਹੀਂ ਇਹ ਉੱਥੇ ਮੇਨ ਦਰਬਾਰ ਹੈ ਨਾ ਉੱਥੇ ਸੰਗਤਾਂ ਜ਼ਿਆਦਾ ਆਉਂਦੀਆਂ ਤੇ ਇੱਥੇ ਜ਼ਿਆਦਾ ਹਾਰਿ ਵਰਗੇ ਹੀ ਉਹਨੂੰ ਨਹੀਂ ਹਲਾਇਆ ਵੀ ਉਹਨੂੰ ਗੁਰੂ ਮਹਾਰਾਜ ਦੇ ਦਰਬਾਰ 'ਚ ਲੱਗਾ ਵਾ ਉਹਨੂੰ ਨਾ ਸ਼ਿਫਟ ਉੱਥੇ ਸਕਤ ਬਹੁਤ ਜ਼ਿਆਦਾ ਮੱਥਾ ਟੇਕਣ ਉਹ ਉੱਥੋਂ ਵੀ ਲੋਕਾਂ ਨੂੰ ਲਾਭ ਜ਼ਿਆਦਾ ਮਿਲਦਾ ਉਹ ਨਿਸ਼ਾਨਾ ਸੀ ਕਿ ਵਿਦਿਆਦਾਰਾ ਇੱਥੇ ਫਿਰ ਜੇ ਵਿਦਿਆਲੇ ਡਿਸਟਰਬ ਆਉਂ ਕਿ ਜਤਰਾ ਆਉਣ ਕਿਤੇ ਫਿਰ ਪਬਲਿਕ ਤੋਂ ਵਿੱਚ ਵਿਦਿਆਦ ਵਿੱਚ ਡਿਸਟਰਬੈਂਸ ਨੂੰ ਆਵੇਗੀ ਠੀਕ ਹੈ ਜੀ ਸੋ ਹੁਣ ਮੁੱਖ ਹੋਰ ਕੀ ਤੁਸੀਂ ਪਲਾਨ ਕਰ ਰਹੇ ਹੋ ਅਗੇ ਫਿਊਚਰ ਦੇ ਵਿੱਚ ਇਹ ਜਿਹੜੇ ਕੰਮ ਤੁਸੀਂ ਪੰਜ ਜਿਹੜੇ ਮੇਨ ਕ ਸੋਚੇ ਸੀ ਇਹ ਪੂਰੇ ਹੋ ਗਏ ਨੇ ਹੁਣ ਫਰਦਰ ਕੀ ਪਲਾਨਸ ਅਸੀਂ ਇਹਨਾਂ ਨੂੰ ਗਾ ਵਧਾਵਾਂਗੇ ਜੀ ਇਹਨਾਂ ਨੂੰ ਹੋਰ ਪੌਸ਼ ਕਰਾਂਗੇ ਹੋਰ ਗਾਂ ਜਾ ਕੇ ਕਮੀਆਂ ਪੇਸ਼ੀ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਾ ਇਹ ਗੁਰੂ ਦੀ ਕਿਰਪਾ ਦੇ ਨਾਲ ਮਾਰਟੀ ਕੋਪੂਤਰਾ ਕੈਸੇ ਨੱਚਦਾ ਹੈ ਸਾਡੀ ਵਸਤਾ ਮਿੱਟੀ ਦੇ ਮਾਦ ਵਰਗੀ ਹੈ ਜੀ ਤੇ ਅਸੀਂ ਕੀ ਕਰ ਸਕਦੇ ਨਹੀਂ ਕਰ ਸਕਦੇ ਨਾ ਕੀਤਾ ਹੀ ਆ ਤੇ ਅਰਦਾਸ ਸਤਿਗੁਰੂ ਚਰਨਾਂ ਜਰੂਰ ਹੈ ਕਿ ਮਾੜਾ ਮਾਲਕ ਇਹ ਕੌਮ ਦੀ ਸਮਾਜ ਦੀ ਸੇਵਾ ਸੱਚ ਪਾਛਾ ਕਰਵਾ ਲਵੇ ਜ ਜਿੰਨੇ ਜਿੰਨੇ ਸਵਾਦ ਸਿੰਘ ਮਾਰਾ ਆਪਣੇ ਲਿਖੇ ਚ ਲਾ ਲਵੇ ਜੀ ਕੈਨੇਡਾ ਵਿੱਚ ਬਹੁਤ ਸਾਰੇ ਸਿੱਖ ਵਸਦੇ ਨੇ ਜੀ ਬਹੁਤ ਸਾਰੇ ਪੰਜਾਬੀ ਹੈਗੇ ਨੇ ਹਰ ਇੱਕ ਕੋਈ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਾ ਕੇ ਉਹ ਕੋਈ ਨਾ ਕੋਈ ਆਪਣਾ ਯੋਗਦਾਨ ਪਾ ਸਕਣ ਜਾਂਦੇ ਵੀ ਨੇ ਥੋੜਾ ਬੋਤਾ ਹੁੰਦਾ ਵੀ ਹੈ ਲੇਕਿਨ ਕਈ ਵਾਰੀ ਫਰਸਟ੍ਰੇਸ਼ਨ ਹੋ ਜਾਂਦੀ ਹੈ ਜਿਹਾ ਜਿਹਾ ਸਿਸਟਮ ਹੈਗਾ ਹੈ ਜਿਹੜੇ ਇੱਥੇ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਉਹ ਕਿਵੇਂ ਤੁਹਾਡੇ ਨਾਲ ਰਲ ਕੇ ਜਿਸ ਤਰ੍ਹਾਂ ਜੋ ਕੰਮ ਕੀਤਾ ਜਾ ਰਿਹਾ ਹੈ ਹੋਰ ਫਰਦਰ ਅੱਗੇ ਕੁਝ ਕੀਤਾ ਜਾ ਸਕਦਾ ਹੈ ਉਥੇ ਸਿਸਟਮ ਐਸਾ ਬਣਾਇਆ ਉਸ ਹਾਕਿ ਦਾ ਬੋਰਡ ਬਣਾਇਆ ਜੇ ਧਰਮ ਦਾ ਬੋਰਡ ਆ ਸਪੋਰਟਸ ਦਾ ਬੋਰਡ ਆ ਧਰਮ ਦੋਜੀ ਹੈ ਮੈਡੀਕਲ ਦਾ ਬੋਰਡ ਆ ਵੱਖ-ਵੱਖ ਬੋਰਡ ਬਣਾਗੇ ਔਰ ਚੁਣੇ ਬੰਦੇ ਵਹਿ ਕੇ ਆਪਣੇ ਬਿਲਕੁਲ ਮਾਨਦਾਰ ਰਿਸਮ ਕਰਦੇ ਨੇ ਉਥੇ ਕਾਰਜ ਸਾਡੇ ਚਾਰ ਕਾਰਜ ਨੇ ਇੱਕ ਤਾਂ ਕਾਰ ਸੇਵਾ ਦਾ ਮੇਨ ਸਿਰ ਇਤਿਹਾਸਕ ਸਥਾਨਾਂ ਦੇ ਗੁਰਦੁਆਰੇ ਤਿਆਰ ਕਰਨੇ ਲੰਗਰ ਸਰਾਵਾਂ ਹਾਲ ਬਣਾਉਣੇ ਉਹ ਇੱਕ ਪ੍ਰੋਜੈਕਟ ਵੱਖਰਾ ਜੀ ਜੀ ਕਿਉਂਕਿ ਹਰ ਇੱਕ ਦੀ ਖੁਸ਼ੀ ਕਹਿੰਦੀ ਹੁੰਦੀ ਹੈ ਮੈਂ ਲੰਗਰ ਦੀ ਸੇਵਾ ਕਰਨੀ ਹੈ ਕਹਿੰਦੇ ਮੈਂ ਸਪੋਰਟਸ ਕਰਨੀ ਹੈ ਕਹਿੰਦੇ ਮੈਂ ਵਾਤਾਵਰਣ ਜਨ ਕਰਨੀ ਹੈ ਕਹਿੰਦੇ ਮੈਂ ਐਜੂਕੇਸ਼ਨ ਜਨ ਕਰਨੀ ਹੈ ਕਹਿੰਦੇ ਮੈਂ ਧਰਮ ਜਨ ਵੱਖ-ਵੱਖ ਦੇ ਉਹ ਵੱਖ-ਵੱਖ ਹੱਤੇ ਉੱਥੇ ਸਾਰੇ ਖੋਲੇ ਹੋਏ ਨੇ ਜਿਸ ਭਾਵਨਾ ਨਾਲ ਕੋਈ ਆਪਣਾ ਯੋਗਦਾਨ ਪਾਉਣਾ ਚਾਹਦਾ ਉਸੇ ਭਾਵਨਾ ਮੁਤਾਬਕ ਉਹਦੀ ਸੇਵਾ ਉਹ ਬਿਲਕੁਲ ਸਹੀ ਤਰੂਪ ਰ ਕੋਸ਼ਿਸ਼ ਉਹਸ ਤਰ ਲੱਗ ਜਾਵੇ ਤੇ ਸੰਗਤਾਂ ਦਿੰਦੀ ਹੈ ਵੀ ਆਪਣੇ ਯੋਗਦਾਨ ਦਾ ਸਬੰਧ ਦੀ ਕਿਉਂਕਿ ਸਾਰੇ ਕਾਰਜ ਸਬੰਧ ਨਾਲ ਚੱਲਦੇ ਨੇ ਤੇ ਗੁਰੂ ਦੀ ਕਿਰਪਾ ਨਾਲ ਚੱਲਦਾ ਸੀ ਕਦੀ ਇਹ ਚਿੰਤਾ ਨਹੀਂ ਕੀਤੀ ਵੀ ਇਹ ਸ਼ੁਰੂ ਕਰਨਾ ਹੋਣਾ ਕਿ ਨਹੀਂ ਹੋਣਾ ਸਾਨੂੰ ਪੂਰਾ ਵਿਸ਼ਵਾਸ ਆ ਵੀ ਜੋ ਗੁਰੂ ਦਾ ਕਾਰਜ ਸੰਗਤਾਂ ਨੇ ਕਦੀ ਕਮੀ ਨਹੀਂ ਛੱਡੀ ਤੇ ਸੰਗਤਾਂ ਨੇ ਨਾ ਪਿੱਛੇ ਛੱਡੀ ਨਾ ਹੋਣਾ ਇਹ ਗੁਰੂ ਤੇ ਪ੍ਰਸਾਰਾ ਕੇ ਹੀ ਸ਼ੁਰੂ ਕਰ ਦਿੰਦੇ ਕੋਈ ਕੰਮ ਦਾ ਬਹੁਤ ਖੂਬ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਿਊਚਰ ਪਲਾਨਸ ਨੂੰ ਹੋਰ ਇਹਨਾਂ ਚੀਜ਼ਾਂ ਨੂੰ ਮਜ਼ਬੂਤ ਕਰਨਾ ਹਾਂ ਜਿਸ ਨਾਲ ਬਾਬਾ ਜੀ ਇੱਕ ਬੜੀ ਵੱਡੀ ਇਸ ਸਮੇਂ ਚਿੰਤਾ ਦਾ ਵਿਸ਼ਾ ਬਣਿਆ ਪਿਆ ਕਿ ਬਾਣੀ ਤੇ ਬਾਣੇ ਤੋਂ ਅਸੀਂ ਹੋਰ ਖਾਸ ਤੌਰ ਤੇ ਨਵੀਂ ਪਨੀਰੀ ਨੂੰ ਨਹੀਂ ਜੋੜ ਸਕ ਰਹੇ ਬਹੁਤ ਸਾਰੇ ਉਪਰਾਲੇ ਕਰ ਰਹੇ ਨੇ ਲੇਕਿਨ ਉਹਦਾ ਇੰਪੈਕਟ ਜਿਹੜਾ ਉਹ ਨਹੀਂ ਪੈ ਰਿਹਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਥਾਵਾਚ ਕੀਆ ਹੋਰ ਕੀਰਤਨੀਏ ਸਿੰਘ ਜਿਹੜੇ ਤੁਸੀਂ ਉੱਥੇ ਇੱਕ ਵਿੰਗ ਦੇ ਵਿੱਚ ਪ੍ਰੋਡਿਊਸ ਕਰ ਰਹੇ ਹੋ ਕਿ ਇਹ ਵੀ ਤੁਸੀਂ ਦੇਖ ਰਹੇ ਹੋ ਕਿ ਬਾਹਰਲੇ ਮੁਲਕਾਂ ਜਿਹੜੇ ਵਸਦੇ ਨੇ ਉਹਨਾਂ ਵਾਸਤੇ ਵੀ ਐਟ ਲ ਕਿਉਂਕਿ ਕਈ ਵਾਰੀ ਕਿ ਜੇ ਮੈਂ ਕਹਾਂ ਇੱਕ ਹਕੀਕਤ ਵੀ ਤੇ ਕਈ ਵਾਰੀ ਬਹਾਨਾ ਵੀ ਬਣ ਜਾਂਦਾ ਕਿ ਇਹ ਦਿੱਤਾ ਜਾਂਦਾ ਕਿ ਜੀ ਉਹ ਸਮਝ ਨਹੀਂ ਆਉਂਦੀ ਇਸ ਕਰਕੇ ਸਾਡੇ ਬੱਚੇ ਨਾਲ ਜੋੜ ਨਹੀਂ ਰਹੀ ਸਿੱਖੀ ਦੇ ਸੋ ਇਸ ਪ੍ਰਤੀ ਕੀ ਕੁਝ ਕੋਈ ਸੋਚ ਹੈਗੀ ਜੀ ਤੁਹਾਡੀ ਆਰਗੇਨਾਈਜ਼ੇਸ਼ਨ ਉਸੇ ਵੇਲੇ ਤਾਂ ਬੱਚਾ ਨੂੰ ਐਵੇਂ ਕਰਾਉਣਾ ਦਾ ਮਕਸਦ ਹੀ ਹੈ ਵੀ ਉਹ ਨਾਲ ਇੰਗਲਿਸ਼ ਦੇ ਨਾਲ ਦੇ ਨਾਲ ਫ੍ਰੈਂਚ ਤੇ ਸਪੈਨਿਸ਼ ਇੱਕ ਭਾਸ਼ਾ ਵੀ ਨਾਲ ਵਿਚਾਰਕਤਿ ਵੀ ਨਾਲ ਜੋੜੀ ਜਾਵੇ ਤਾਂ ਕਿ ਥੋੜੀ ਉਹ ਸਮਝ ਸਮਝਾ ਸਕਣ ਜੀ ਇਸ ਵੇਲੇ ਦੁਨਾਈ ਵਿਦਿਆ ਵੀ ਨਾਲ ਨਾਲ ਉਹਨਾਂ ਬੱਚਾ ਨੂੰ ਮਿਲ ਜਾਵੇ ਇਹ ਸਾਰਾ ਸਿਸਟਮ ਤਾਂ ਹੀ ਉਹ ਬਣਾ ਰਹੇ ਨੇ ਸਰ ਪੰਜ ਸਾਲ ਦਾ ਕੋਰਸ ਇਸੇ ਵੇਲੇ ਰੱਖਿਆ ਜੀ ਜੀ ਇਹ ਜਿਹੜੇ ਬਦਾਂਤੀ ਸਾਹਿਬ ਉਹਤੇ ਧਾਰਮਿਕ ਵਿਦਾਂਦੇ ਨੇ ਹੋਰ ਸਮੇ ਸਮੇ ਆਉਂਦੇ ਦੇ ਰਾਈਟ ਸੋ ਖੀਰ ਦੇ ਵਿੱਚ ਜਿਹੜੇ ਸਾਡੇ ਅੱਜ ਦਰਸ਼ਕ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਬਸ ਇਹ ਮੈਂ ਬੇਨਤੀ ਕਰਾਂ ਕਿ ਜਿਹੜੇ ਵੀ ਦਰਸ਼ਕ ਨੇ ਜਿਹੜੇ ਵੀ ਯਾਤਰੂ ਨੇ ਜਿਤਨਾ ਅੰਮ੍ਰਿਤਸਰ ਹਰਮੰਦਰ ਸਾਹਿਬ ਜਿੱਥੇ ਸੱਬੇ ਥਾਵ ਨਹੀਂ ਤੋਂ ਜੇ ਦਰਸ਼ ਮਿਲ ਕਰ ਜਾਂਦੇ ਨੇ ਜੀ ਫਿਰ ਬੇਨਤੀ ਵੀ ਜਰੂਰ ਖੰਡੂਰ ਸਾਹਿਬ ਗੋੰਦਾਲ ਸਾਹਿਬ ਤਰਨਤਾਰ ਜਿੱਥੇ ਹਾਜ਼ਰੀ ਜਰੂਰ ਭਰਨ ਤਾਕੇ ਕਹਿ ਬੇ ਕੋ ਸੋਭਾ ਨੇ ਦੇਖਾ ਹੀ ਪਰਵਾ ਕਹਿ ਦੇ ਨਾਲ ਗੱਲ ਹੋਰ ਹੁੰਦੀ ਆ ਦਰਸ਼ਕਾਂ ਦੇ ਨਾਲ ਹੋਰ ਗੱਲ ਹੁੰਦੀ ਆ ਜੋ ਵੀ ਦਰਸ਼ਕਾਂ ਨੇ ਕਿ ਜੋ ਵੀ ਇਹਨਾਂ ਦੇ ਦਿਲ ਫੁੱਲ ਲਗਾ ਸਹੀਦ ਸੋਂ ਸਾਨੂੰ ਸੇਹ ਦੇਣਗੇ ਨਾਲ ਜੋ ਵੀ ਇਹਨਾਂ ਦਾ ਉੱਥੇ ਦਰਸ਼ਨ ਜਰੂਰ ਕਰਨ ਤੇ ਆਪਣੇ ਪਿੰਡਾਂ ਨੂੰ ਜਰੂਰ ਮਾਤਾਵਰਨ ਪ੍ਰਤੀ ਜਾਗਰੂਕ ਹੋਣ ਬੇਨਤੀ ਵੀ ਜਿਤਨਾ ਸਾਰੇ ਪ੍ਰੋਜੈਕਟ ਧਾਰਮਿਕ ਆ ਜਾਂ ਫਿਜ਼ੀਕਲ ਆ ਜਾਂ ਮੈਡੀਕਲ ਨਾਨ ਮੈਡੀਕਲ ਆ ਜਾਂ ਸਪੋਰਟਸ ਦਾ ਇਹ ਸਾਰੇ ਪੰਜਾਬ ਚੋਂ ਦੇ ਬੱਚੇ ਇਹ ਕੋਈ ਵੀ ਪੰਜਾਬ ਸੋਂ ਉੱਥੇ ਭੇਜੇ ਜਦੋਂ ਇੰਟਰੂ ਹੁੰਦੀ ਆ ਜਾਂ ਟੈਸਟ ਹੁੰਦਾ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਬਹੁਤ ਖੂਬ ਜੀ ਬਾਬਾ ਜੀ ਧੰਨਵਾਦ ਕਿ ਤੁਸੀਂ ਇਹ ਨੇਕ ਕੰਮ ਕਰ ਰਹੇ ਹੋ ਤੇ ਨਾਲ ਸੰਗਤਾਂ ਨੂੰ ਜੋੜ ਰਹੇ ਹੋ ਸਹੀ ਰਸਤੇ ਪਾਸ ਤੇ ਇੱਕ ਨਵੀਂ ਪਿਰਤ ਜੜੀ ਤੁਸੀਂ ਕਾਇਮ ਕੀਤੀ ਕਿ ਅਸੀਂ ਸੁਹਿਰਦ ਹੋਈਏ ਆਪਣੇ ਜਿਹੜੇ ਫਰਜ਼ ਨੇ ਉਹਨਾਂ ਦੇ ਪ੍ਰਤੀ ਤੇ ਨਾਲ ਨਾਲ ਜੋ ਗੁਰੂ ਨੇ ਸਾਨੂੰ ਉਪਦੇਸ਼ ਕੀਤਾ ਕਿ ਸਾਡਾ ਜਿਹੜਾ ਮੂਲ ਸਿਧਾਂਤ ਉਸ ਨਾਲ ਯਾਨੀ ਕਿ ਗੁਰਬਾਣੀ ਉਸ ਨਾਲ ਅਸੀਂ ਜੁੜੇ ਰਹੀਏ ਤੇ ਨੇਕ ਇਨਸਾਨ ਬਣ ਸਕੀਏ ਧੰਨਵਾਦ ਬਾਈ ਜੀ ਖਾਲਸਾ ਵਾਹਿਗੁਰੂ ਕੀ ਫਤਿਹ बाबा सेवा सिंह जी ਨੇ ਜੜੀ ਆ ਜਾਣਕਾਰੀ ਦਿੱਤੀ ਜੀ ਦੀ ਬੜੀ ਮਹੱਤਤਾ ਹੈਗੀ ਐ ਅਸੀਂ ਇੱਥੇ ਬੈਠ ਕੇ ਕਈ ਵਾਰੀ ਬਹੁਤ ਕਿੰਤੂ ਪਰੰਤੂ ਕਰਦੇ ਆ ਲੇਕਿਨ ਬਹੁਤ ਸਾਰੀਆਂ ਐਸੀਆਂ ਸਖਸੀਤਾਹਨ ਬਾਬਾ ਸੇਵਾ ਸਿੰਘ ਜੀ ਵਰਗੀਆਂ ਜਿਹੜੇ ਕਿ ਕੁਝ ਪ੍ਰੈਕਟੀਕਲ ਕਰਕੇ ਵਿਖਾਰਿਆ ਨੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਹੋਰ ਲੈਣਾ ਚਾਹੁੰਦੇ ਹੋ ਤਾਂ ਨਿਸ਼ਾਨੇ ਸਿੱਖੀ .org ਜਾਂ ਫਿਰ ਗੁਰੂ ਅੰਗਦ ਦੇਵ .com ਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਜ ਕੱਲ ਬਾਬਾ ਜੀ ਸਰੀ ਉਚਾਈ ਹੋਏ ਨੇ ਜੇਕਰ ਨਾਲ ਸੰਪਰਕ ਕਰਨਾ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਇਸ ਫੋਨ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਦੀ ਕਰਦੇ 23 ਮਾਪਦੀ ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@calltv.com ਤੇ ਸੰਪਰਕ ਕਰ ਸਕਦੇ ਹੋ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਹੁਣ ਬਾਏ